ਇੱਕ ਤਰ੍ਹਾਂ ਦਾ ਇਹਦਾ ਧਰਮ ਹੀ ਆ ਦੇਖ ਲਓ, ਇਹਦੇ ਮਾਲਕ ਨੇ ਇਹਨੂੰ ਜੋ ਸਿਖਾਇਆ ਸੀ ਇਹ ਚੀਜ਼ ਅੱਜ ਵੀ ਉਸ ਚੀਜ਼ ਨੂੰ ਇਹ ਫੋਲੋ ਕਰਦਾ ਆ। ਦੇਖ ਲਓ ਮੇਰੇ ਵੱਲ ਹੀ ਦੇਖੀ ਜਾਂਦਾ ਕਿ ਹੁਣ ਮੈਂ ਕਦ ਜੈਸ ਕਹਾਂ ਤਾਂ ਕਦ ਉਹ ਰੋਟੀ ਖਾ ਲਵੇ, ਤਾਂ ਇੱਕ ਵਾਰੀ ਵੀ ਉਹ ਰੋਟੀ ਵੱਲ ਨੂੰ ਨਹੀਂ ਦੇਖਦਾ ਪਿਆ। ਉਹ ਦੇਖ ਲਓ ਇੱਕ ਕੁੱਤਾ ਜਿਹਨੂੰ ਉਹਦੇ ਮਾਲਕ ਨੇ ਇੱਕ ਨਿੱਕੀ ਜਿਹੀ ਗੱਲ ਸਿਖਾਈ, ਉਹ ਆਪਣੇ ਮਾਲਕ ਦੀ ਗੱਲ ਨੂੰ ਅੱਜ ਵੀ ਫੋਲੋ ਕਰਦਾ ਪਿਆ। ਤੇ ਇਹ ਬੰਦੇ ਜਿਨ੍ਹਾਂ ਨੂੰ ਜਿਹੜੇ ਸਿੱਖ ਧਰਮ 'ਚ ਜੰਮੇ, ਸਿੱਖ ਧਰਮ ਦੇ ਵਿੱਚ ਇਹਨਾਂ ਨੇ ਪੱਗਾਂ ਰੱਖੀਆਂ ਆ ਹਨਾ, ਸਿਰਾਂ 'ਤੇ ਦਾੜੀਆਂ ਰੱਖੀਆਂ ਆ, ਕਿੱਦਾਂ ਇਹ ਬੰਦੇ ਕੈਮਰਿਆਂ ਮੂਹਰੇ ਆ ਕੇ ਕਹਿ ਦਿੰਦੇ ਆ ਜੀ ਅਸੀਂ ਤਾਂ ਜੀ ਹੁਣ ਸਿੱਖੀ ਨੂੰ ਛੱਡ ਕੇ ਅਸੀਂ ਤਾਂ ਜੀ ਦੂਜੇ ਧਰਮ 'ਚ ਆ ਗਏ ਹਾਂ। ਚਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਮਨਦੀਪ ਸਿੰਘ ਢਿੱਲੋਂ ਅੱਜ ਤੁਹਾਡਾ ਫਿਰ ਸਵਾਗਤ ਕਰਦਾ ਹਾਂ ਇੱਕ ਵੀਡੀਓ ਦੇ ਵਿੱਚ। ਅਤੇ ਜਿਹੜੇ ਵੀਰ ਭੈਣ ਸਾਡੇ ਚੈਨਲ 'ਤੇ ਨਵੇਂ ਜੁੜੇ ਆ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ, ਅਤੇ ਜਿਹੜੇ ਇਹ ਵੀਡੀਓ ਨੂੰ ਯੂਟਿਊਬ 'ਤੇ ਦੇਖਣਗੇ ਅਤੇ ਉਹਨਾਂ ਨੂੰ ਬੇਨਤੀ ਭਾਈ ਸਬਸਕ੍ਰਾਈਬ ਕਰ ਲਿਓ, ਅਤੇ ਜਿਹੜੇ ਫੇਸਬੁੱਕ 'ਤੇ ਦੇਖਣਗੇ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਕਿ ਭਾਈ ਪੇਜ ਨੂੰ ਫੋਲੋ ਜ਼ਰੂਰ ਕਰਿਓ। ਅੱਜ ਜਿਹੜੀ ਗੱਲ ਮੈਂ ਕਰਨ ਲੱਗਾ, ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਮੇਰੀ ਗੱਲ ਦੇ ਨਾਲ ਕਿਸੇ ਦੀਆਂ ਭਾਵਨਾਵਾਂ ਨਾ ਭੜਕਣ, ਅਤੇ ਜੋ ਮੈਂ ਕਹਿਣਾ ਚਾਹੁੰਦਾ ਉਹ ਕਲੀਅਰ ਹੋ ਜਾਵੇ। ਦਰਅਸਲ ਮੈਂ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿ ਬਹੁਤ ਸਾਰੇ ਜਿਹੜੇ ਸਿੱਖ ਆ, ਜਿਹੜੇ ਮੈਨੂੰ ਹੋਰ ਕਿਸੇ ਨਾਲ ਕੋਈ ਮਤਲਬ ਨਹੀਂ, ਬਹੁਤ ਸਾਰੇ ਪੱਗਾਂ ਵਾਲੇ ਆਪਣਾ ਧਰਮ ਪਰਿਵਰਤਨ ਕਰ ਚੁੱਕੇ ਆ, ਅਤੇ ਦਾੜੀਆਂ ਜਿਹਨਾਂ ਨੇ ਰੱਖੀਆਂ ਆ ਹੈ ਨਾ, ਅਤੇ ਉਹ ਕਹਿੰਦੇ ਜੀ ਅਸੀਂ ਅੱਜ ਕੱਲ੍ਹ ਕ੍ਰਿਸਚਨ ਧਰਮ ਨੂੰ ਫੋਲੋ ਕਰਦੇ ਹਾਂ। ਅਤੇ ਉਹਦੇ ਵਿੱਚ ਵੀ ਮਤਲਬ ਇੱਦਾਂ ਦੇ ਬੰਦੇ ਆ ਜਿਹੜੇ ਅੱਜ 50-50 ਸਾਲ ਦੇ, 40-40 ਸਾਲ ਦੇ, 45-45 ਸਾਲ ਦੇ ਜਿਹੜੇ ਸਿੱਖ ਸਰਦਾਰ ਆ ਜਿਨ੍ਹਾਂ ਨੇ ਦਾੜੀ ਰੱਖੀ ਆ, ਪੱਗਾਂ ਬੰਨੀਆਂ ਆ ਹੈ ਨਾ, ਅਤੇ ਉਹ ਕਹਿੰਦੇ ਅਸੀਂ ਧਰਮ ਪਰਿਵਰਤਨ ਕਰ ਲਿਆ, ਅਸੀਂ ਕ੍ਰਿਸਚਨ ਬਣ ਗਏ ਹਾਂ। ਅਤੇ ਉਹਨਾਂ ਬਾਰੇ ਗੱਲ ਕਰਨੀ ਆ। ਦਰਅਸਲ ਮੇਰੀ ਗੱਲ ਤੁਹਾਨੂੰ ਤਾਂ ਸਮਝਾਉਣੀ ਆ, ਉਸ ਤੋਂ ਪਹਿਲਾਂ ਤੁਸੀਂ ਮੇਰੇ ਇੱਕ ਡੌਗ ਦੀ ਵੀਡੀਓ ਦੇਖਿਓ, ਆ ਜਾਓ ਪਹਿਲਾਂ ਤੁਹਾਨੂੰ ਇਹ ਵੀਡੀਓ ਦਿਖਾਉਂਦੇ ਹਾਂ। ਆ ਦੇਖੋ ਜੀ ਮੇਰੇ ਹੱਥ ਦੇ ਵਿੱਚ ਹੈਗੀ ਆ ਰੋਟੀ, ਅਤੇ ਮੈਂ ਹੁਣ ਡੌਗ ਨੂੰ ਆਪਣੇ ਨੂੰ ਪਾਉਣ ਲੱਗਾ, ਅਤੇ ਤੁਸੀਂ ਇੱਕ ਚੀਜ਼ ਦੇਖਿਓ ਇਹ ਡੌਗ ਦੇ ਬਾਰੇ ਤੁਹਾਨੂੰ ਮੈਂ ਥੋੜ੍ਹਾ ਜਿਹਾ ਦੱਸਦਾ। ਇਹਦੇ ਜਦੋਂ 6 ਮਹੀਨੇ ਦਾ ਸੀਗਾ ਉਦੋਂ ਮੈਂ ਲਿਆਂਦਾ ਸੀ, ਹੁਣ ਇਹ ਕੋਈ 1.5 ਸਾਲ ਦਾ ਆ, ਅਤੇ ਇਹਦੇ ਮਾਲਕ ਨੇ ਇਹਨੂੰ ਇੱਕ ਚੀਜ਼ ਸਿਖਾਈ ਸੀ, ਉਹ ਤੁਸੀਂ ਦੇਖਿਓ ਅੱਜ ਵੀ ਇਹ ਉਸ ਚੀਜ਼ ਨੂੰ ਫੋਲੋ ਕਰਦਾ। ਜਿੱਦਾਂ ਕਹਿ ਸਕਦੇ ਕਿ ਇਹਦਾ ਜੋ ਇਹਦੇ ਮਾਲਕ ਨੇ ਇਹਨੂੰ ਸਿਖਾਇਆ ਸੀਗਾ ਇਹ ਉਹਨੂੰ ਮਤਲਬ ਇਹਦੇ ਲਈ ਉਹ ਧਰਮ ਹੀ ਸੀ ਇੱਕ ਤਰ੍ਹਾਂ ਦਾ ਹੈ ਨਾ, ਅਤੇ ਅੱਜ ਵੀ ਉਸ ਚੀਜ਼ ਨੂੰ ਫੋਲੋ ਕਰਦਾ ਆ। ਅਤੇ ਮੈਂ ਹੁਣ ਰੋਟੀ ਪਾਉਣਾ ਅਤੇ ਤੁਸੀਂ ਦੇਖਿਓ ਚੈਪ ਨੋ ਨੋ ਆ ਦੇਖ ਲਓ ਜੀ ਇਹਨੂੰ ਇਹਦੇ ਮਾਲਕ ਨੇ ਸਿਖਾਇਆ ਸੀ ਖਾਣਾ ਪਾ ਤਾ। ਜਦ ਤੱਕ ਇਹਨੂੰ ਆਪਾਂ ਕਹਿ ਨਹੀਂ ਰਹਿੰਦੇ ਕਿ ਜੈਸ, ਇਹਦਾ ਨਾਮ ਵੀ ਚੈਂਪ ਹੈ, ਚੈਂਪ ਦਰਅਸਲ ਇਹ ਸ਼ਹਿਰ ਤੋਂ ਸ਼ਹਿਰ ਦੇ ਵਿੱਚੋਂ ਲਿਆਂਦਾ ਸੀ, ਅਤੇ ਉਹਦੇ ਹੁਣ ਜਵਾਕ ਨੇ ਨਾਂ ਰੱਖਿਆ ਸੀ ਚੈਂਪ ਮਤਲਬ ਚੈਂਪੀਅਨ। ਜਦ ਤੱਕ ਮੈਂ ਇਹਨੂੰ ਇਹ ਨਹੀਂ ਕਹਿੰਦਾ ਜੈਸ ਹੈ ਨਾ, ਉਦ ਤੱਕ ਇਹਨੇ ਰੋਟੀ ਨਹੀਂ ਖਾਣੀ। ਇੱਕ ਤਰ੍ਹਾਂ ਦਾ ਇਹਦਾ ਧਰਮ ਹੀ ਆ ਦੇਖ ਲਓ, ਇਹਦੇ ਮਾਲਕ ਨੇ ਇਹਨੂੰ ਜੋ ਸਿਖਾਇਆ ਸੀ ਇਹ ਚੀਜ਼ ਅੱਜ ਵੀ ਉਸ ਚੀਜ਼ ਨੂੰ ਇਹ ਫੋਲੋ ਕਰਦਾ ਆ। ਦੇਖ ਲਓ ਮੇਰੇ ਵੱਲ ਹੀ ਦੇਖੀ ਜਾਂਦਾ ਕਿ ਹੁਣ ਮੈਂ ਕਦ ਜੈਸ ਕਹਾਂ ਤਾਂ ਕਦ ਉਹ ਰੋਟੀ ਖਾ ਲਵੇ, ਤਾਂ ਇੱਕ ਵਾਰੀ ਵੀ ਉਹ ਰੋਟੀ ਵੱਲ ਨੂੰ ਨਹੀਂ ਦੇਖਦਾ ਪਿਆ। ਚੈਂਪ ਜੈਸ ਆ ਤੁਸੀਂ ਦੇਖ ਲਓ, ਅਤੇ ਹੁਣ ਬਾਕੀ ਗੱਲ ਆ ਜਾਓ ਦੂਜੀ ਸਾਈਡ ਕਰਦੇ ਹਾਂ। ਅਤੇ ਹਾਂਜੀ ਤੁਸੀਂ ਹੁਣ ਡੌਗ ਦੀ ਵੀਡੀਓ ਦੇਖ ਲਈ ਜੀ, ਦੇਖ ਲਓ ਇੱਕ ਡੌਗ ਜਿਹੜਾ 6 ਮਹੀਨਿਆਂ ਦਾ ਸੀ ਜਦੋਂ ਮੈਂ ਲਿਆਂਦਾ, ਉਹਦੇ ਮਾਲਕ ਨੇ ਉਹਨੂੰ ਇਹ ਗੱਲ ਸਿਖਾਈ ਸੀ ਕਿ ਜਦੋਂ ਉਹਦੇ ਮੂਹਰੇ ਖਾਣਾ ਰੱਖ ਦਿੱਤਾ, ਜਦੋਂ ਤੱਕ ਉਹਨੂੰ ਯੈਸ ਨਹੀਂ ਕਹਿੰਦੇ, ਜਦੋਂ ਉਹਨੂੰ ਨੋ ਕਹਿ ਦਿਓ ਤਾਂ ਉਹਨੇ ਖਾਣਾ ਨਹੀਂ। ਹਾਂ ਤੁਸੀਂ ਉੱਦਾਂ ਉਹਦੇ ਮੂਹਰੇ ਰੱਖ ਦਿਓ, ਉਹ ਕੁਛ ਵੀ ਨਾ ਬੋਲੋ ਤਾਂ ਖਾ ਲੂਗਾ। ਜੇ ਤੁਸੀਂ ਉਹਨੂੰ ਕਹਿੰਦੇ ਹਾਂ ਚੈਪ ਨੋ, ਫਿਰ ਉਹਨੇ ਉਦ ਤੱਕ ਨਹੀਂ ਖਾਣਾ, ਭਾਵੇਂ ਤੁਸੀਂ 15 ਮਿੰਟ ਉਹਨੂੰ ਯੈਸ ਨਾ ਕਹੋ, ਚਾਹੇ ਕਿਤੇ ਵੀ ਘੁੰਮੇ ਹੋ। ਮੇਰੇ ਕੋਲ ਇੰਨਾ ਟਾਈਮ ਨਹੀਂ ਸੀਗਾ, ਮੈਂ ਇਸੇ ਕਰਕੇ ਇੱਕ ਮਿੰਟ ਦੀ ਵੀਡੀਓ ਬਣਾਈ ਉਹ, ਅਤੇ ਉਹਨੇ ਉਦੋਂ ਤੱਕ ਉਹ ਖਾਣੇ ਨੂੰ ਮੂੰਹ ਨਹੀਂ ਲਾਉਣਾ ਹੈ ਨਾ। ਅਤੇ ਤੁਸੀਂ ਦੇਖ ਲਓ ਕਿ ਡੌਗ ਵੈਸੇ ਬੰਦਾ ਬੰਦੇ ਨਾਲੋਂ ਜ਼ਿਆਦਾ ਵਫਾਦਾਰੀ ਹੁੰਦੇ ਆ ਹੈ ਨਾ, ਇਹ ਤਾਂ ਸਾਰੇ ਹੀ ਮੰਨਦੇ ਆ। ਉਹ ਡੌਗ ਨੂੰ ਦੇਖ ਲਓ, ਉਹਦੇ ਮਾਲਕ ਨੇ ਗੱਲ ਸਿਖਾਈ ਸੀ ਵੀ ਉਦੋਂ ਤੱਕ ਖਾਣਾ ਨਹੀਂ ਹੈਗਾ ਜਦੋਂ ਤੱਕ ਤੁਹਾਨੂੰ ਜੈਸ ਨਹੀਂ ਕਹਿੰਦੇ। ਦੇਖ ਲਓ ਡੌਗ ਕਿੱਦਾਂ ਉਹਨੂੰ ਫੋਲੋ ਕਰਦਾ। ਮੈਨੂੰ ਹੈਰਾਨੀ ਹੁੰਦੀ ਆ ਵੀ ਜਿਹੜੇ ਬੰਦੇ 50-50 ਸਾਲ ਦੀ ਉਮਰ 'ਚ ਚੱਲ ਗਏ, 40-40 ਸਾਲ ਦੀ ਉਮਰ 'ਚ ਚੱਲ ਗਏ, ਜਿਨ੍ਹਾਂ ਨੇ ਸ਼ੁਰੂ ਤੋਂ ਹੀ ਸਿੱਖ ਧਰਮ ਨੂੰ ਫੋਲੋ ਕੀਤਾ ਹੈ ਨਾ, ਅਤੇ ਜਿਨ੍ਹਾਂ ਨੇ ਪੱਗਾਂ ਰੱਖੀਆਂ, ਕਲੇਸ ਰੱਖੇ ਹੋਆ, ਦਾੜੀ ਰੱਖੀ ਹੋਆ ਹੈ ਨਾ, ਜਾਂ ਜਿਨ੍ਹਾਂ ਦੀ ਮਤਲਬ ਪੂਰੀ ਜ਼ਿੰਦਗੀ 50 ਸਾਲ ਅੱਜ ਕੱਲ੍ਹ ਪੂਰੀ ਉਮਰੇ ਕਹਿ ਸਕਦੇ ਹਾਂ, ਮਤਲਬ ਬੰਦ ਉਸ ਤੋਂ ਬਾਅਦ ਬੰਦੇ ਥੋੜ੍ਹਾ ਹੀ ਟਾਈਮ ਹੁੰਦਾ ਹੈ ਨਾ, ਜਿਨ੍ਹਾਂ ਦਾ ਜ਼ਿੰਦਗੀ ਦੇ ਤਿੰਨ ਪੜਾਅ ਇੱਕ ਧਰਮ ਨੂੰ ਫੋਲੋ ਕਰਦਿਆਂ ਨੂੰ ਲੰਘ ਗਏ,
ਉਹ ਥੋੜੇ ਜਿਹੇ ਪੈਸਿਆਂ ਦੇ ਲਾਲਚ ਲਈ ਥੋੜੇ ਜਿਹੇ ਕਿਸੇ ਲਾਲਚ ਲਈ ਜਾਂ ਉਹ ਵਹਿਮਾਂ ਭਰਮਾਂ ਚ ਫਸ ਕੇ ਕਿੱਦਾਂ ਆਪਣਾ ਧਰਮ ਪਰਿਵਰਤਨ ਕਰ ਲੈਂਦੇ ਆ। ਮੈਨੂੰ ਇੱਕ ਸਮਝ ਨਹੀਂ ਆਉਂਦਾ ਵੀ ਦੇਖੋ ਇੱਕ ਡੋਗ ਨੂੰ 6 ਮਹੀਨੇ ਇੱਕ ਮਾਲਕ ਨੇ ਉਹਦੇ ਨੇ ਉਹਨੂੰ ਇੱਕ ਗੱਲ ਸਿਖਾਈ ਕਿ ਜਿੰਨਾ ਚਿਰ ਤੈਨੂੰ ਮੈਂ ਕਹਿੰਦਾ ਨਹੀਂ ਭਾਈ ਉਨਾ ਚਿਰ ਤੂੰ ਰੋਟੀ ਨਹੀਂ ਖਾਣੀ, ਉਹਨੂੰ ਨੋ ਕਹਿ ਦਿਓ ਤਾਂ ਉਹ ਬੈਠਾ ਰਹਿੰਦਾ ਹੈ ਨਾ। ਅਤੇ ਜਿਹੜੇ ਬੰਦੇ ਧਰਮ ਪਰਿਵਰਤਨ ਕਰਦੇ ਆ 40-40 ਸਾਲ ਦੇ 50-50 ਸਾਲ ਦੇ ਹੋ ਕੇ ਉਹਨਾਂ ਨੂੰ ਉਹਨਾਂ ਦੇ ਮਾਂ ਬਾਪ ਨੇ ਇੱਕ ਗੱਲ ਸਿਖਾਈ ਹੋਊਗੀ, ਗੁਰੂ ਘਰ ਲੈ ਕੇ ਜਾਂਦੇ ਹੋਊਗੇ ਸ਼ਾਇਦ ਜਦੋਂ ਜੰਮੇ ਹੋਣੇ ਆ ਉਦੋਂ ਵੀ ਸ਼ਾਇਦ ਹੁਕਮਣੀ ਸਾਹਿਬ ਦਾ ਪਾਠ ਕਰਾਇਆ ਹੋਵੇ ਜਾਂ ਅਖੰਡ ਪਾਠ ਸਾਹਿਬ ਦਾ ਪਾਠ ਕਰਾਇਆ ਹੋਵੇ ਜਦੋਂ ਉਹਨਾਂ ਦੇ ਵਿਆਹ ਹੋਏ ਹੋਣੇ ਆ ਜਿਹੜੇ ਅੱਜ ਧਰਮ ਪਰਿਵਰਤਨ ਕਰ ਚੁੱਕੇ ਆ ਗੁਰੂ ਗ੍ਰੰਥ ਸਾਹਿਬ ਦੁਆਲੇ ਲਾਵਾਂ ਲਈਆਂ ਹੋਣ। ਅਤੇ ਇਹ ਬੰਦੇ ਕਿੱਦਾਂ ਇਹਨਾਂ ਦਾ ਹੌਂਸਲਾ ਪੈ ਜਾਂਦਾ ਵੀ ਆਪਾਂ ਜੀ ਅੱਜ ਸਿੱਖੀ ਤੋਂ ਬਿਲਕੁਲ ਹੀ ਟੁੱਟ ਜਾਈਏ ਹੈ ਨਾ। ਉਹ ਦੇਖ ਲਓ ਇੱਕ ਕੁੱਤਾ ਜਿਹਨੂੰ ਉਹਦੇ ਮਾਲਕ ਨੇ ਇੱਕ ਨਿੱਕੀ ਜਿਹੀ ਗੱਲ ਸਿਖਾਈ ਉਹ ਆਪਣੇ ਮਾਲਕ ਦੀ ਗੱਲ ਨੂੰ ਅੱਜ ਵੀ ਫੋਲੋ ਕਰਦਾ ਪਿਆ। ਅਤੇ ਇਹ ਬੰਦੇ ਜਿਨ੍ਹਾਂ ਨੂੰ ਜਿਹੜੇ ਸਿੱਖ ਧਰਮ 'ਚ ਜੰਮੇ ਸਿੱਖ ਧਰਮ ਦੇ ਵਿੱਚ ਇਹਨਾਂ ਨੇ ਪੱਗਾਂ ਰੱਖੀਆਂ ਆ ਹੈ ਨਾ ਸਿਰਾਂ 'ਤੇ ਦਾੜੀਆਂ ਰੱਖੀਆਂ ਆ ਕਿੱਦਾਂ ਇਹ ਬੰਦੇ ਕੈਮਰਿਆਂ ਮੂਹਰੇ ਆ ਕੇ ਕਹਿ ਦਿੰਦੇ ਆ ਵੀ ਜੀ ਅਸੀਂ ਤਾਂ ਜੀ ਹੁਣ ਸਿੱਖੀ ਨੂੰ ਛੱਡ ਕੇ ਅਸੀਂ ਤਾਂ ਜੀ ਦੂਜੇ ਧਰਮ 'ਚ ਆ ਗਏ ਹਾਂ। ਚਲੋ ਐਨੀਵੇ ਦੂਜੇ ਧਰਮ 'ਚ ਵੀ ਆ ਗਿਆ। ਮੈਂ ਬਹੁਤ ਸਾਰੇ ਮੈਂ ਪਰਿਵਾਰਾਂ ਨੂੰ ਜਾਣਦਾ ਇੰਗਲੈਂਡ ਦੇ ਵਿੱਚ ਜਿਨ੍ਹਾਂ ਨੇ ਆਪਣਾ ਧਰਮ ਪਰਿਵਰਤਨ ਕਰ ਲਿਆ ਬਟ ਉਹਨਾਂ ਨੇ ਆਪਣੇ ਨਾਂ ਨਾਲੋਂ ਸਿੰਘ ਲਾਤ ਦਾ ਉਹ ਆਪਣਾ ਜੋ ਵੀ ਕ੍ਰਿਸਚਨਾਂ ਦਾ ਜਿਹੜੇ ਬੈਕ ਅਤੇ ਸਰਨੇਮ ਲੱਗਦੇ ਉਹਨਾਂ ਨੇ ਉਹ ਲਾ ਲਏ ਹੈ ਨਾ। ਇੱਧਰ ਤਾਂ ਪੱਗਾਂ ਵਾਲੇ ਵੀ ਭਾਈ ਜੇ ਤੁਸੀਂ ਧਰਮ ਪਰਿਵਰਤਨ ਕਰ ਲਿਆ ਤੁਸੀਂ ਵੀ ਉੱਦਾਂ ਕਹਿੰਦੇ ਜੀ ਅਸੀਂ ਸਰਦਾਰ ਹਾਂ ਹੈ ਨਾ ਵੀ ਤੁਸੀਂ ਸਰਦਾਰ ਫਿਰ ਤੁਸੀਂ ਸਰਦਾਰ ਕਹਦੇ ਫਿਰ ਤੁਸੀਂ ਹੋਵੋ ਕ੍ਰਿਸਚਨਾਂ ਵਾਂਗੂ ਹੈ ਨਾ। ਇੱਦਾਂ ਮੈਂ ਵੀ ਬਹੁਤ ਸਾਰੇ ਪਰਿਵਾਰਾਂ ਨੂੰ ਇੰਗਲੈਂਡ 'ਚ ਜਾਣਦਾ ਜਿਨ੍ਹਾਂ ਨੇ ਆਪਣਾ ਧਰਮ ਪਰਿਵਰਤਨ ਕਰ ਲਿਆ ਪਰ ਉਹ ਆਪਣਾ ਹੁਣ ਸਰਨੇਮ ਵੀ ਪਿੱਛੇ ਹੋਰ ਲਾਉਂਦੇ ਆ ਅਤੇ ਉਹ ਕਦੇ ਵੀ ਉਹ ਸਰਦਾਰ ਉਹਨਾਂ 'ਚ ਕੋਈ ਨਹੀਂ ਹੈਗਾ। ਕੋਈ ਸਰਦਾਰ ਨਹੀਂ ਹੈਗਾ ਜਿਹੜਾ ਇਹ ਕਹਿੰਦਾ ਕਿ ਮੈਂ ਜੀ ਆਪਣਾ ਧਰਮ ਪਰਿਵਰਤਨ ਕਰ ਲਿਆ ਅਤੇ ਮੈਂ ਹੁਣ ਜੀ ਕ੍ਰਿਸਚਨ ਧਰਮ ਨੂੰ ਫੋਲੋ ਕਰਦਾ ਆ। ਇਹ ਬੰਦੇ ਪੱਗਾਂ ਬੰਨ੍ਹ ਕੇ ਇਹ ਬਹਿਰੂਪੀ ਇਹ ਦੇਖ ਲਓ ਕਿੱਦਾਂ ਵੀ ਇੱਕ ਦਿਸਣ ਨੂੰ ਇਹ ਸਰਦਾਰ ਲੱਗਦੇ ਆ ਹੈ ਨਾ ਅਤੇ ਦੇਖਣ ਨੂੰ ਇਹ ਕਹਿੰਦੇ ਅਸੀਂ ਸਰਦਾਰ ਹਾਂ ਅਤੇ ਅਸਲ ਦੇ ਵਿੱਚ ਇਹ ਹੁਣ ਬਣ ਚੁੱਕੇ ਆ ਕ੍ਰਿਸਚਨ। ਅਤੇ ਇੱਕ ਚੀਜ਼ ਹੋਰ ਮੈਂ ਤਾਂ ਹੈਰਾਨ ਹਾਂ ਅਤੇ ਫਿਰ ਇਹ ਕੈਮਰੇ ਮੂਹਰੇ ਆ ਕੇ ਮੀਡੀਆ 'ਚ ਆ ਕੇ ਕਹਿ ਦਿੰਦੇ ਆ ਜਾਂ ਜਦੋਂ ਕੋਈ ਫਿਲਮਾਂ ਬਣਦੀਆਂ ਇਹਨਾਂ ਦੀਆਂ ਕੋਈ ਰੈਲੀ ਹੁੰਦੀ ਆ ਜਾਂ ਕੁਛ ਵੀ ਹੁੰਦਾ ਹੈ ਨਾ ਉਹ ਉੱਥੇ ਇਹ ਨਾਰੇ ਲਾਉਣ ਲੱਗੇ ਹੁੰਦੇ ਆ। ਇਹਨਾਂ ਨੂੰ ਜਿੱਦਾਂ ਸ਼ਰਮ ਹੀ ਹੈ ਨੀਗੀ ਵੀ ਇਹੀ ਭੇਸ ਤੁਹਾਡਾ ਕਿਹੜਾ ਆ ਹੈ ਨਾ ਵੀ ਤੁਸੀਂ ਕਰਦੇ ਕੀ ਪਏ ਆ, ਦੇਖਣ ਨੂੰ ਤੁਸੀਂ ਸਿੱਖ ਲੱਗਦੇ ਪਏ ਆ ਸਰਦਾਰ ਆ ਤੁਸੀਂ ਅਤੇ ਬਣਿਓ ਤੁਸੀਂ ਕੀ ਆ ਹੈ ਨਾ। ਮੈਂ ਤਾਂ ਇਹਨਾਂ ਬੰਦਿਆਂ ਤੋਂ ਮਤਲਬ ਹੈਰਾਨ ਆ ਵੀ ਲੋਕ ਇੰਨਾ ਕੁ ਕਿੱਦਾਂ ਗਿਰ ਜਾਂਦੇ ਆ। ਅਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਅਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਲੱਗੀ ਅਤੇ ਜਿਨ੍ਹਾਂ ਨੇ ਧਰਮ ਪਰਿਵਰਤਨ ਕਰ ਲਿਆ ਉਹ ਇੱਕ ਵਾਰੀ ਸਾਡੇ ਡੋਗ ਵੱਲ ਨੂੰ ਜ਼ਰੂਰ ਦੇਖ ਲੈਣ ਅਤੇ ਜਿਹੜੇ ਹਾਲੇ ਕਰਨਾ ਚਾਹੁੰਦੇ ਆ ਜਾਂ ਕਰਨ ਬਾਰੇ ਸੋਚਦੇ ਆ ਸ਼ੇਅਰ ਕਰਕੇ ਉਹਨਾਂ ਤੱਕ ਵੀ ਵੀਡੀਓ ਪਹੁੰਚਦੀ ਕਰਿਓ। ਅਤੇ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਦੇ ਵਿੱਚ, ਤਦ ਤੱਕ ਲਈ ਰੱਬ ਰੱਖਾ।